ਕੈਂਟਾ ਮਗਵਾਲ ਡਿਸਟ੍ਰਿਕਟ ਸੰਗਰੂਰ ਅਤੇ ਆਪਣਾ ਬਾਈ ਜੀ ਨਵਾਂ ਚੈਨਲ ਦਲਜੀਤ ਫੋਰਮੈਨ ਆਪਣਾ ਨਵਾਂ ਚੈਨਲ ਬਾਈ ਜੀ ਦਲਜੀਤ ਫੋਰਮੈਨ ਕੋਡ 3600 ਵਾਲੇ ਆਪਣਾ ਪਰਸੋਂ ਆਪਾਂ ਵੀਡੀਓ ਪਹਿਲੀ ਪਾਈ ਹੈ ਬਾਈ ਜੀ ਅਤੇ ਦੂਸਰੀ ਗੱਲ ਆਪਣੇ ਨਾ ਮੇਰੇ ਵੱਲੋਂ ਆਪਣੇ ਵੀਰਾਂ ਨੇ ਮਤਲਬ ਜਿੰਨਾ ਹੱਦ ਤੋਂ ਵੱਧ ਆਪਣੇ ਚੈਨਲ ਨੂੰ ਪਿਆਰ ਦਿੱਤਾ ਬਾਈ ਜੀ ਮਤਲਬ ਮੇਰੇ ਵੱਲੋਂ ਆਪਣੀ ਸਾਡੀ ਪੂਰੀ ਟੀਮ ਵੱਲੋਂ ਪੂਰੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਕਰਦਾ ਅਤੇ ਤੁਸੀਂ ਬਹੁਤ ਹੀ ਰਾਜਮਾ ਪਿਆਰ ਦਿੱਤਾ ਆਪਣੇ ਚੈਨਲ ਨੂੰ ਬਾਈ ਜੀ ਅਤੇ ਦਿੰਦੇ ਰਹੋਗੇ ਅਤੇ ਦੂਸਰੀ ਗੱਲ ਮਤਲਬ ਆਪਣੇ ਚੈਨਲ ਨੂੰ ਬਾਈ ਜੀ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਕੀਤਾ ਹੈਗਾ ਅਤੇ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਨਾ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੇਰੇ ਵੱਲੋਂ ਜਾਣੀ ਦਲਜੀਤ ਫੋਰਮੈਨ ਵੱਲੋਂ ਬਹੁਤ ਤੁਹਾਡਾ ਧੰਨਵਾਦ ਬਾਈ ਜੀ ਅਤੇ ਦੂਸਰੀ ਗੱਲ ਚੈਨਲ ਤਾਂ ਦੇਖੋ ਆਪਾਂ ਨਵਾਂ ਬਣਾ ਲਿਆ ਬਾਈ ਜੀ ਗੱਲ ਪਤਾ ਗੱਲ ਕੀ ਹੈ ਵੀ ਆਪਾਂ ਹਰ ਵਿਸ਼ੇ ਦੇ ਉੱਤੇ ਹੋਰ ਦੀ ਗੱਲਬਾਤ ਕਰਦੇ ਰਹਾਂਗੇ ਜਿਸ ਤਰ੍ਹਾਂ ਜਿਵੇਂ ਮਤਲਬ ਆ ਪੇਂਟ ਵਗੈਰਾ ਦਾ ਕੰਮ ਹੈਗਾ ਪੇਂਟ ਨੂੰ ਅਸੈਂਬਲ ਕਰਨਾ ਮਤਲਬ ਪੇਂਟ ਮਾਰ ਕੇ ਆ ਦੇਖੋ ਵਿੱਚੋਂ ਪੂਰਾ ਹਾਂਜੀ ਅਤੇ ਦੂਸਰੀ ਗੱਲ ਬਾਈ ਜੀ ਇਹਦੇ ਵਿੱਚ ਇਨਫੋਰਮੇਸ਼ਨ ਹੈਗੀ ਪੂਰੀ ਇਹਦੇ ਵਿੱਚ ਹਰੇਕ ਬੋਡੀ ਨੂੰ ਨਾ ਠੀਕ ਹੈ ਹਾਂਜੀ ਬਾਈ ਜੀ ਪੂਰੇ ਬਲੌਕ ਨੂੰ ਗੇਅਰ ਅਸੈਂਬਲੀ ਨੂੰ ਤੁਸੀਂ ਦੇਖ ਰਹੇ ਹੋਵੋਗੇ ਅਤੇ ਬਾਕੀ ਮਤਲਬ ਟਰਾਂਸਮਿਸ਼ਨ ਬੋਕਸ ਤਾਂ ਹਾਂਡੀ ਹੋਏਗੀ ਅਤੇ ਪਿਛਲੀ ਕਰਾਊਂਡ ਪੀਨਿੰਗ ਵਾਲੀ ਹਾਂਡੀ ਅਤੇ ਟੈਮਿੰਗ ਪਲੇਟਾਂ ਵਗੈਰਾ ਬਲੌਕ ਵਗੈਰਾ ਹੈਡ ਅੰਦਰੋਂ ਬਾਈ ਜੀ ਇਹ ਪੂਰਾ ਪ੍ਰਾਈਮਰ ਕਰਕੇ ਆਪਾਂ ਨੇ ਅਸੈਂਬਲ ਕਰਨਾ ਹੈਗਾ ਅਤੇ ਦੂਸਰੀ ਗੱਲ ਬਾਈ ਜੀ ਆਪਾਂ ਹਰ ਰੋਜ਼ ਡੇਲੀ ਮਤਲਬ ਫੋੜ ਦੇ ਉੱਪਰ ਫੋੜ ਦੇ ਵਿਸ਼ੇ ਦੇ ਉੱਪਰ ਨਾ ਕਿਸੇ ਵੀ ਮਤਲਬ ਤਰ੍ਹਾਂ 'ਤੇ ਮੰਨ ਕੇ ਚੱਲੋ ਵੀ ਇਹਦੇ ਮਤਲਬ ਚੈਨਲ ਫੋੜ ਬਾਰੇ ਆਪਾਂ ਇਨਫੋਰਮੇਸ਼ਨ ਦਿਆ ਕਰਾਂਗੇ ਕਿਉਂਕਿ ਜਿਵੇਂ ਕੱਲ੍ਹ ਆਪਾਂ ਨੇ ਮਤਲਬ ਰੇਡੀਏਟਰ ਦਾ ਜੋ ਪਾਣੀ ਸੀਗਾ ਬਾਈ ਜੀ 13 ਦਾ 13 ਲੀਟਰ ਉਹ ਤੁਸੀਂ ਯਕੀਨ ਮੰਨੋ ਵੀ ਉਹ ਟਰੈਕਟਰ ਦਾ ਪਾਣੀ ਸਾਰਾ ਬਲੌਕ ਦੇ ਵਿੱਚ ਚਲਾ ਜਾਂਦਾ ਸੀਗਾ ਜਿਸ ਤਰ੍ਹਾਂ ਇਹ ਤਾਂ ਫੋੜ 3600 ਹੈ ਅਤੇ ਉਹ ਬਾਈ ਜੀ ਮਤਲਬ ਸੀਗਾ ਆਪਣਾ ਫਾਰਮ ਟਰੈਕ 60 ਸੀਗਾ ਟਰੈਕਟਰ ਫਾਰਮ ਟਰੈਕ 60 ਦਾ ਬਾਈ ਜੀ 13 ਦਾ 13 ਲੀਟਰ ਪਾਣੀ ਸਾਰਾ ਬਲੌਕ ਦੇ ਵਿੱਚ ਮਤਲਬ ਚਲਾ ਜਾਂਦਾ ਸੀਗਾ ਉਹਨੇ ਮੋਬਾਈਲ ਦੇ ਵਿੱਚ ਹੀ ਮਿਕਸ ਹੋ ਜਾਂਦਾ ਸੀਗਾ ਅਤੇ ਉਸੇ ਤਰ੍ਹਾਂ ਬਾਈ ਜੀ ਹੁਣ ਆਪਾਂ ਹਰ ਰੋਜ਼ ਮਤਲਬ ਕੋਈ ਨਾ ਕੋਈ ਨਵੀਂ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਕਿਉਂਕਿ ਮਤਲਬ ਫੋੜ ਦੇ ਵਿੱਚ ਕੋਈ ਨਾ ਕੋਈ ਮਤਲਬ ਥੋੜ੍ਹੀ ਮੋਟੀ ਪ੍ਰੋਬਲਮ ਆਉਂਦੀ ਰਹਿੰਦੀ ਹੈ ਉਹਦੇ ਮਤਲਬ ਨਾਲ ਤੁਹਾਡੇ ਨਾਲ ਆਪਾਂ ਹਰ ਗੱਲ ਸਾਂਝੀ ਬਾਤ ਕਰਿਆ ਕਰਾਂਗੇ ਅਤੇ ਬਾਕੀ ਮੈਂ ਦੁਬਾਰਾ ਫਿਰ ਮਤਲਬ ਤੁਹਾਡੀ ਮਤਲਬ ਚੈਨਲ ਨੂੰ ਪਿਆਰ ਦੇਣ ਵਾਲੇ ਵੀਰਾਂ ਨੂੰ ਆਪਦੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਹੀ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਦੁਬਾਰੇ ਬਾਈ ਜੀ ਮੈਂ ਫਿਰ ਬੇਨਤੀ ਹੈ ਮੇਰੇ ਵੱਲੋਂ ਜਾਣੀ ਮੈਂ ਦਲਜੀਤ ਫੋਰਮੈਨ ਆਪਣੇ ਚੈਨਲ ਦਾ ਨਾਂ ਹੈ ਦਲਜੀਤ ਫੋਰਮੈਨ ਫੋੜ 3600 ਵਾਲੇ ਦਲਜੀਤ ਫੋਰਮੈਨ ਫੋੜ 3600 ਵਾਲੇ ਆਪਣੇ ਚੈਨਲ ਦਾ ਬਾਈ ਜੀ ਨਾਂ ਹੈਗਾ ਆਪਣੇ ਚੈਨਲ ਨੂੰ ਜਿਹੜੇ ਵੀਰਾਂ ਨੇ ਪਸੰਦ ਕਰਿਆ ਅਤੇ ਸਬਸਕ੍ਰਾਈਬ ਕਰਿਆਗਾ ਬਾਈ ਜੀ ਉਹਨਾਂ ਦਾ ਮੈਂ ਬਹੁਤ 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 ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਅਤੇ ਤੁਸੀਂ ਆਪਣੇ ਚੈਨਲ ਨੂੰ ਇਸ ਤਰ੍ਹਾਂ ਹੀ ਵੇਖਦੇ ਰਹੋਗੇ ਅਤੇ ਮੈਨੂੰ ਪੂਰਾ ਵਧੀਆ ਪਿਆਰ ਦਿੰਦੇ ਰਹੋਗੇ ਅਤੇ ਬਾਈ ਜੀ ਮੈਂ ਤੁਹਾਡੀ ਸੇਵਾ ਇਸ ਤਰ੍ਹਾਂ ਹੀ ਕਰਦਾ ਰਹੂੰਗਾ।